ਕਰੇ ਉੱਧਰ ਘੋੜੀ ਫਾਇਲ ਹੈ ਨੰਬਰ ਕਰ ਜੇ ਕਰੇ ਉੱਧਰ ਬੌਲਦ ਪਹਿਲਾ ਕਰਦੇ ਲੋਕ ਵਿੱਚ ਕਹਿਣ ਲੱਗ ਗਏ ਜੀ ਪਤਾ ਨਹੀਂ ਕਿਆ ਗੱਲ ਕਰਦੇ ਆ ਵੀ ਬੌਲਦ ਵੀ ਪਹਿਲਾ ਕਰਦਾ ਹੈ ਉੱਧਰ ਘੋੜੀ ਵੀ ਜਿੱਤਦੀ ਹੈ ਵੀ ਪਤਾ ਨਹੀਂ ਕਿਆ ਗੱਲ ਸਾਨੂੰ ਪਤਾ ਜੀ ਤਕਰੀਬਨ ਸਾਡਾ ਦੁੱਧ ਨਹੀਂ ਤੁਹਾਨੂੰ ਯਾਰ ਕਿਸੇ ਨੇ ਰੋਕਿਆ ਨਹੀਂ ਵੀ ਯਾਰ ਕਾਲੇ ਕਾਂਟੇ ਤੋਂ ਘੋੜੀ ਗੱਬਣ ਆ ਯਾਰ ਵੀ ਤੁਸੀਂ ਨਾ ਭਜਾਓ ਨਹੀਂ ਕੀ ਕੀ ਸਾਂਭਣਾ ਪੈਂਦਾ ਕੀ ਕਰਨਾ ਪੈਂਦਾ ਸਾਂਭਣਾ ਜੀ ਦੁੱਧ ਹੈ ਜੀ ਜੀ ਹਾਂ ਦੁੱਧ ਮੈਂ ਤਕਰੀਬਨ ਆਪਣੇ ਖੁਰਾਕ ਦੱਸ ਦਿੰਦੀ ਹਰੇਕ ਦਾ ਪਤਾ ਨਹੀਂ ਮੈਨੂੰ ਜੀ ਆਇਆ ਪਿੰਡ ਕਕਰਾਲੀ ਦੇ ਵਿੱਚ ਆਪਾਂ ਜ਼ਿਲ੍ਹਾ ਰੋਪੜ ਤੇ ਮੇਰੇ ਨਾਲ ਆ 22 ਸਤੰਦਰ 37 ਬਾਈ 37 ਬਾਈ ਘੋੜਿਆਂ ਦੀਆਂ ਦੌੜਾਂ ਵਾਲੇ ਮਸਲੇ ਤੇ ਬਹੁਤ ਕਮਾਲ ਆ ਬੰਦਿਆਂ ਦੀਆਂ ਬੜੇ ਚੰਗੇ ਕੀਰਤੀਮਾਨ ਸਥਾਪਿਤ ਕੀਤੇ ਆ ਬਾਈ ਹੁਣਾਂ ਨੇ ਘਰੇ ਜੇ ਤੁਸੀਂ ਆਓਗੇ ਤਾਂ ਟਰਾਫੀਆਂ ਟਰਾਫੀਆਂ ਨਾਲ ਕਮਰੇ ਭਰੇ ਪਏ ਆ ਇੰਨਾ ਤੇ ਹੁਣ ਬਾਈ ਹੁਣਾਂ ਨੇ ਇੱਕ ਸਟੈਲੀਅਨ ਵੀ ਤਿਆਰ ਕੀਤਾ ਕਾਲੇ ਕਾਂਟੇ ਦਾ ਬੱਚਾ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਬਾਈ ਹੁਣੀ ਮਾਹਰ ਆ ਕਰਿੰਦੇ ਬੰਦੇ ਆ ਬਾਪੂ ਬਲਵੀਰ ਸਿੰਘ ਦੇ ਘਰੇ ਬੈਠੇ ਨੇ ਜੀ ਆਪਾਂ ਕਕਰਾਲੀ ਪਿੰਡ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਬਾਪੂ ਬਲਵੀਰ ਸਿੰਘ ਦੇ ਘਰੇ ਬੈਠੇ ਹਾਂ ਆਪਾਂ ਬਾਈ ਹੁਣਾਂ ਦਾ ਸਵਾਗਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰੇ ਤਿਆਰੀ ਤੁਰੀ ਫਿਰ ਬਾਈ ਕਿਵੇਂ ਕੀਤੀ ਅੱਜ ਸਾਰੀ ਦਿਹਾੜੀ ਦੀ ਪਹਿਲਾਂ ਤਾਂ ਮੈਨੂੰ ਐਂ ਦੱਸੋ ਬਹੁਤ ਤਿਆਰੀ ਤੁਹਾਨੂੰ ਪਤਾ ਹੀ ਹੈ ਬਾਈ ਜੀ ਚਾਓ ਹੁੰਦਾ ਜੀ ਵਿਆਹ ਜਿੰਨਾ ਚਾਓ ਦਾ ਜੀ ਸਾਨੂੰ ਤੁਹਾਡੇ ਆਉਣ ਦਾ ਹਾਂਜੀ ਹਾਂ ਮੈਂ ਯਾਰ ਦੇਖਿਆ ਆ ਕੇ ਸਟੈਲਿਨ ਆਪਾਂ ਨੇ ਪਹਿਲੀ ਵਾਰੀ ਪਾ ਲਏ ਜੀ ਆਪਾਂ ਨੇ ਜੀ ਹਾਂਜੀ ਹਾਂ ਮੈਂ ਵੇਖਿਆ ਮੈਂ ਕਿਹਾ ਨਾ ਬਾਈ ਹੁਣਾਂ ਨੇ ਜੁੱਤੀ ਤੋਂ ਲੈ ਕੇ ਤੇ ਮੁੱਛਾਂ ਤੱਕ ਸਭ ਤੇ ਪੂਰਾ ਜ਼ੋਰ ਲਾਇਆ ਜਾਨ ਵਾਲੀ ਤਿਆਰੀ ਕੀਤੀ ਪੂਰੀ ਹਨਾ ਨਹੀਂ ਠੀਕ ਆ ਯਾਰ ਬਣਦੀ ਵੀ ਆ ਤੇ ਸਟੈਲੀਅਨ ਪਹਿਲਾਂ ਤਿਆਰ ਕੀਤਾ ਹਾਂਜੀ ਪਹਿਲਾਂ ਘਰੇ ਤੇ ਘੋੜੇ ਦੜਾਏ ਬਹੁਤ ਆ ਦੜਾਏ ਜੀ 10 ਸਾਲ ਹੋ ਗਏ ਜੀ ਆਪਾਂ ਨੂੰ ਘੋੜੇ ਭਜਾਉਂਦੇ ਆ ਘੋੜੇ ਭਜਾਉਂਦੇ ਪੁੱਤ ਨਾ ਸੁਣੇ ਮਿੱਟੀ ਨਾ ਡਾ ਪੁੱਤ ਮਿੱਟੀ ਨਾ ਡਾ ਪੁੱਤ ਹਾਂ ਪੈਰ ਨਾ ਮਾਰ ਮਿੱਟੀ ਚ ਹਾਂ 10 ਸਾਲ ਹੋ ਗਏ ਹਾਂਜੀ ਹਾਂਜੀ ਘੋੜੇ ਭਜਾਉਂਦੇ ਆ ਕਿੰਨੇ ਘੋੜੇ ਹੁਣ ਤਾਈ ਭਾਜਾਂ ਵਾਲੇ ਕਿੰਨੇ ਘੋੜੇ ਘੋੜੇ ਆਪਣੇ ਕੋਲ ਆ ਲਏ ਜੀ 4-5 ਆ ਲਏ ਜੀ 4-5 ਹਾਂਜੀ ਰਹਿ ਗਏ ਹਾਂਜੀ ਪਹਿਲਾਂ ਇਹ ਭਾਜ ਵਾਲੀ ਘੋੜੀ ਦਾ ਪੁੱਤ ਹਾਂਜੀ ਹਾਂਜੀ ਇਹ ਭਾਜ ਵਾਲੀ ਦਾ ਜੀ ਆਪਣੀ ਕਿਲਾ ਰੈਪਰ ਆਪਣਾ ਚੈਂਪੀਅਨ ਬਣੀ ਹੈ ਜੀ ਘੋੜੀ 2017 'ਚ ਜੀ ਜੀ 2018 'ਚ ਫਿਰ ਸੈਕਿੰਡ ਆਈ ਤੀ ਜੀ ਜੀ ਉੱਤੇ ਬਾਅਦ ਮੁਕਤਸਰ ਦੀ ਚੈਂਪੀਅਨ ਬਣੀ ਹੈ ਜਿਹਦੀ ਮਾਂ ਇੱਕ ਸਾਲ ਆਪਣਾ ਪਟਿਆਲੇ ਚੈਂਪੀਅਨ ਬਣੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਨੇ ਕਰਾਈ ਤੀ ਜੀ ਹਾਂਜੀ ਹਾਂਜੀ ਜੀ ਕਹਿੰਦੇ ਜਦੋਂ ਪਟਿਆਲੇ ਚੈਂਪੀਅਨ ਬਣੀ ਆ ਤੇ ਉਦੋਂ ਹੀ ਉਹ ਇਹ ਪੇਟ 'ਚ ਸੀ ਹਾਂਜੀ ਹਾਂ ਇਹ 6 ਮਹੀਨੇ ਦੀ ਇਹਦੀ ਮਾਂ ਪ੍ਰੈਗਨੈਂਟ ਤੀ ਜੀ ਗੱਬਣ ਸੀ ਗੱਬਣ ਸੀ ਨਹੀਂ ਤੁਹਾਨੂੰ ਯਾਰ ਕਿਸੇ ਨੇ ਰੋਕਿਆ ਨਹੀਂ ਵੀ ਯਾਰ ਕਾਲੇ ਕਾਂਟੇ ਤੋਂ ਘੋੜੀ ਗੱਬਣ ਆ ਯਾਰ ਵੀ ਤੁਸੀਂ ਨਾ ਭਜਾਓ ਨਹੀਂ ਥੋੜ੍ਹੀ ਜੀ ਬਾਈ ਜੀ ਸਾਡੀ ਚਲੋ ਹੈ ਤਾਂ ਜੀ ਰਿਸ਼ਤੇਦਾਰੀ ਦਾ ਹੀ ਕੰਮ ਹੈ ਥੋੜ੍ਹੀ ਜੀ ਖਹਿਬਾਜ਼ੀ ਹੋ ਗਈ ਤੀ ਚਲੋ ਆਏ ਜੀ ਮੇਰਾ ਹਾਂ ਉਹ ਤੋਂ ਬਾਅਦ ਘੋੜੀ ਇੱਕ ਥੋਂ ਹਰਾ ਦਿੱਤੀ ਤੀ ਜੀ ਆਪਣੀ ਜੀ 10 ਕਸ਼ਾਰੀਆਂ ਜੀ ਉਹਦੇ ਕਰਕੇ ਫਿਰ ਸਾਨੂੰ ਮੈਂ ਵੀ ਜਿੱਤਣੀ ਜਿੱਤਣਾ ਕੁਛ ਮਰਜ਼ੀ ਹੋ ਜਾਈ ਫਿਰ ਘੋੜੀ ਆਪ ਤਿਆਰ ਕਰੀ ਜੀ ਗੇੜੇ ਦੇ ਲਾ ਕੇ ਜੀ ਉਹ ਤੋਂ ਬਾਅਦ ਫਿਰ ਉੱਥੇ 4 ਕਿੱਲਿਆਂ ਦੀ ਭੱਜ ਤੀ ਜੀ ਉੱਥੇ 10 ਕਸ਼ਾਰੀਆਂ ਹਰੀ ਦੀ ਜੀ ਘੋੜੀ ਆਪਣਾ 1 ਸਕਿੰਟ ਦੇ ਪਾੜੇ ਨਾਲ ਜਿੱਤੀ ਜੀ ਗੱਬਣ ਘੋੜੀ ਗੱਬਣ ਘੋੜੀ ਜੀ ਕਿੰਨਾ ਚਿਰ 99 ਮਹੀਨੇ ਤੱਕ ਭਜਾਉਂਦੇ ਰਹੇ ਉਹਨੂੰ ਆਪਾਂ ਜੀ ਬਸ 7ਵੇਂ ਮਹੀਨੇ ਸੀ ਉਹ ਭਜਾਈਏ ਜੀ 7ਵੇਂ ਲੱਗਦੀ ਸਾਰੇ ਫਿਰ ਰੋਕ ਲਈ ਦੀ ਫਿਰ ਰੋਕ ਹਾਂਜੀ ਹਾਂ ਫਿਰ ਘੋੜੀ ਸੂਈ ਫਿਰ ਸੂਈ ਤੀ ਜੀ ਫਿਰ ਬਸ਼ੇਰਾ ਦਿੱਤਾ ਹਾਂਜੀ ਜਿੱਦਣ ਬਸ਼ੇਰਾ ਆਇਆ ਜੀ ਉੱਤੇ ਦੂਏ ਦਿਨ ਆਪਣਾ ਬੌਲਦਾ ਮੋਟਰਸਾਈਕਲ ਜਿੱਤੇ ਜੀ ਸਾਨੂੰ ਤਾਂ ਲੱਕੀ ਹੈ ਜੀ ਇਹ ਕੋਟ ਮੋਟਰਸਾਈਕਲ ਜਿੱਤੇ ਤੇ ਜੀ ਉਹ ਬਲਦ ਵੀ ਭਜਾਉਂਦੇ ਹਾਂਜੀ ਹਾਂ ਆਪਣਾ ਵੈਲ ਵੀ ਭਜਦਾ ਜੀ ਕਾਲਾ ਵੈਲ ਬਲਵੀਰ ਸਿੰਘ ਦੇ ਨਾਂ ਤੇ ਜੀ ਭਾਪਾ ਜੀ ਦੇ ਨਾਂ ਤੇ ਬਾਕੀ ਦੂਰੀ ਨੂੰ ਵੀ ਆਪਣਾ ਬੌਲਦ ਜਿੱਤਦਾ ਜੀ ਇੱਕ ਬੱਗਾ ਸਾਹਿਬ ਆ ਜੀ ਹਾਂਜੀ ਹਾਂ ਨਹੀਂ ਦੂਰੀ ਦਾ ਕੀ ਹਿਸਾਬ ਕੈਰੀ ਤੇ ਦੂਰੀ ਦਾ ਦੂਰੀ ਦਾ ਜੀ ਕੈਰੀ ਇੱਧਰ ਆਪਣਾ ਇੱਕ ਪਾਸੇ ਟਾਈਮ ਲੱਗਦਾ ਜੀ ਚੰਡੀਗਿਰੀ ਇੱਕ ਪਾਸੇ ਮਾਸਟਰ ਜੀ ਨੇ ਨੋਟ ਕਰਿਆ ਜਿਹੜੀ ਦੂਰੀ ਹੈ ਜੀ ਉਹ ਇੱਧਰ ਦੇ ਭੱਜਣਾ ਵਾਪਸ ਇੱਧਰ ਆਉਣਾ ਜੀ ਅੱਛਾ ਉੱਧਰ ਚੰਡੀ ਵਾਲਾ ਸਿਸਟਮ ਚੱਕ ਦਿੰਦੇ ਜੋ ਲਾਈਨ ਹੁੰਦੀ ਉਹਦੇ ਉੱਪਰ ਦੀ ਘੁੰਮਣਾ ਹੁੰਦਾ ਜੇ ਬਲਦ ਲੈ ਕੇ ਤੇ ਬਲਦ ਰੇੜੀ ਲੈ ਕੇ ਮੁੜੇ ਹੁੰਦੇ ਆ ਹਾਂਜੀ ਹਾਂ ਗੱਡੀ ਲੈ ਕੇ ਹਾਂਜੀ ਹਾਂਜੀ ਇਹ ਮੈਂ ਪਹਿਲੀ ਵਾਰ ਸੁਣਿਆ ਦੂਰੀ ਵਾਲਾ ਅੱਜ ਦੂਰੀ ਦੁਆਬਾ ਏਰੀਆ ਜ਼ਿਆਦਾ ਭੱਜਦਾ ਜੀ ਦੁਆਬੇ 'ਚ ਆਪਣੇ ਇੱਧਰ ਮਾਲਵੇ 'ਚ ਨਹੀਂ ਜੀ ਤੇ ਜਿਹੜੇ ਕੈਰੀ ਵਾਲੇ ਆ ਉਹ ਦੂਰੀ 'ਚ ਨਹੀਂ ਕਾਮਯਾਬ ਨਹੀਂ ਜੀ ਫਿਰ ਉਹ ਦਮ ਦੇ ਕੱਚੇ ਜੀ ਮੋੜਾਂ ਨਹੀਂ ਕਰਦੇ ਮੋੜੇ ਦਾ ਹੀ ਮੁੱਲ ਹੈ ਜੀ ਅੱਛਾ ਹਾਂਜੀ ਹਾਂ ਉਹ ਫਿਰ ਦੂਰੀ ਵਾਸਤੇ ਬੰਦੇ ਟ੍ਰੇਨਡ ਫਿਰ ਉਹਦੀ ਪ੍ਰੈਕਟਿਸ ਕਿਵੇਂ ਕਰਾਉਂਦੇ ਦੂਰੀ ਦੀ ਬੜਾ ਭਰਾ ਹੈ ਜੀ ਉਹ ਲੱਗੇ ਰਹਿੰਦੇ ਇੱਕ ਇਹ ਚਾਚੇ ਜੀ ਦਾ ਮੁੰਡਾ ਏ ਜੀ ਫਿਰ ਉਰੇ ਪਿੰਡ ਨੂੰ ਸੁਹਾਗੀ ਸੁਗੀ ਦਿੰਦੇ ਜੀ ਫਿਰ ਸੁਹਾਗੀ ਨੂੰ ਵਿਹਲਾ ਰੱਖ ਕੇ ਸੁਹਾਗੀ ਨੂੰ ਘੁਮਾ ਰਹੇ ਫਿਰ ਉਹ ਤੋਂ ਬਾਅਦ ਜੀ ਟਰਾਈ ਦਿੰਦੇ ਜੀ ਉਰੇ ਅਸੀਂ ਪਹਿਲੀ ਖੇਲ ਸੀ ਦੁਆਬੇ 'ਚ ਜਾ ਕੇ ਜੋੜਿਆ ਤਾਂ ਬੌਲਦਾ 2019 'ਚ ਪਹਿਲੀ ਖੇਲ ਫਿਰ ਪਹਿਲਾਂ ਕਰ ਗਿਆ ਜੀ ਦੂਰੀ ਨੂੰ ਅੱਛਾ ਹਾਂਜੀ ਹਾਂ
ਪਹਿਲੀ ਜੀ ਪਹਿਲੀ ਜੀ ਪਹਿਲਾ ਜੀ ਇੱਕ ਠੋਕਰ ਰੱਖੀ ਵੀ ਦੀ ਜੀ ਉਹਨਾਂ ਨੇ ਜੀ ਨਾਲ ਅਮਨੇਟਰ ਦਾ ਜੀ ਪਹਿਲੇ ਨੂੰ ਜੀ ਹਾਂ ਹਾਂ ਤੇ ਜਿੱਤ ਗਏ ਤੇ ਜਿੱਤ ਗਏ ਜੀ ਨਹੀਂ ਕੰਮ ਥੋੜ੍ਹਾ ਕਰੜਾ ਹੁਣ ਤੁਸੀਂ ਘੋੜਾ ਤਿਆਰ ਕਰ ਲਿਆ ਹੁਣ ਘੋੜਾ ਹੁਣ ਬਰੀਡ ਕਿੰਨ ਹੋਏ ਜੀ ਹੁਣ ਬਰੀਡਿੰਗ ਵਾਲੇ ਪਾਸੇ ਬਰੀਡਿੰਗ ਵਾਲੇ ਪਾਸੇ ਚੱਲੇ ਜੀ ਤੇ ਦੌੜਾਂ ਵਾਲਾ ਕੰਮ ਹਜੇ ਛੱਡਿਆ ਨਹੀਂ ਘੋੜੀ ਭੱਜਦੀ ਹੈ ਘੋੜੀ ਭੱਜਦੀ ਹੈ ਜੀ ਹਾਂਜੀ ਹਾਂ ਘੋੜੀ ਭੱਜਦੀ ਹੈ ਹਾਂਜੀ ਹਾਂ ਉਹ ਵੀ ਮੀਟਿੰਗ ਕਰਾਏਗੇ ਜੀ ਤੇ ਜੀ ਬੱਚੇ ਖਾਤਰ ਘੋੜੀ ਬਹੁਤ ਹੀ ਵਧੀਆ ਜੀ ਘੋੜੀ ਸੋਹਣੀ ਬਹੁਤ ਆ 8 ਇੰਚ ਦੀ ਘੋੜੀ ਹੈ ਹਾਂਜੀ ਹਾਂਜੀ 8 ਇੰਚ ਦੀ ਸਕੇਲ ਹੈ ਘੋੜੀ ਬਹੁਤ ਸੋਹਣੀ ਹੈ ਤੇ ਭੱਜਦੀ ਵੀ ਬਹੁਤ ਆ ਹਾਂਜੀ ਹਾਂ ਪਹਿਲੇ ਪੰਜਾਂ ਦੇ ਵਿੱਚੇ ਰਹਿੰਦੀ ਜੀ ਪਹਿਲੇ ਪੰਜਾਂ ਚ ਰਹਿੰਦੀ ਹਾਂਜੀ ਹਾਂ ਪਹਿਲਾ ਦੂਆ ਵੀ ਪਿਛਲੇ ਸਾਲ ਦਾ ਜੀ ਦੂਆ ਪਹਿਲਾ ਦੂਆ ਬਹੁਤ ਕੀਤੇ ਜੀ ਐਤਕੀ ਥੋੜੀ ਘੋੜੀ ਸੰਭੀ ਨਹੀਂ ਗਈ अपने खुराक दस दें जी हरेक का पता नहीं मैनू पांच किलो दुध पिलाउंदा जी मैं जदों घोड़ी फुल तैयार कर दें पांच किलो दुध छोले दो टाइम हाँ जी हाँ गाय का दुध बाली दे के जी फिर पिलाउंदा कच्चा क्योंकि रेसा पै कहिंदे जी रेसा उतरन लग जांदा ਉਹਦੇ ਕਰਕੇ ਜੀ ਫਿਰ ਆਪਣਾ ਦੋਏ ਟਾਈਮ ਛੋਲੇ ਜੀ ਜਵੀ ਜੀ ਜੀ ਫਿਰ ਦੈੜ ਪਾਉਂਦਾ ਰਿਹਾ ਜੀ ਮੈਂ ਜ਼ਿਆਦਾਤਰ ਮੈਂ ਦੈੜ ਤੇ ਜ਼ਿਆਦਾ ਹੋ ਗਿਆ ਦੈੜ ਕੀ ਹੁੰਦਾ ਦੈੜ ਜਿਕਣ ਆਲਸੀ ਜੀ ਤਾਰਾ ਮੀਰੇ ਦਾ ਕਢਾ ਦੇਣਾ ਸਿਆਲ 'ਚ ਜੀ ਹੁਣ ਸਰੋਂ ਦਾ ਜਿਕਣਾ ਗਰਮੀ ਆ ਗਈ ਸਰੋਂ ਦਾ ਤਾਰਾ ਮੀਰੇ ਦਾ ਪਾਉਣਾ ਜੀ ਠੀਕ ਆ ਹਾਂਜੀ ਉਹ ਪਾਉਣਾ ਹੀ ਪਾਉਣਾ ਹਾਂਜੀ ਹਾਂਜੀ ਉਹ ਅੰਦਰ ਜਾਣ ਪਾਦਾ ਨਹੀਂ ਡਿੱਗਰ ਕਰ ਦਿੰਦੇ ਜੀ ਚਾਹੇ ਹੈਵੀ ਨਾ ਦਿਖੇ ਜੀ ਅੰਦਰ ਜਾਣ ਘੋੜੇ ਦੇ ਕਿਉਂਕਿ ਜਿਹੜਾ ਭੱਜਣ ਵਾਲਾ ਘੋੜਾ ਉਹ ਬਾਹਰ ਤਾਂ ਚਰਬੀ ਨਹੀਂ ਹਾਂ ਹਾਂ ਉਹ ਤਾਂ ਫਿਟਨੈਸ ਚਾਹੀਦਾ ਜੀ ਫਿਟਨੈਸ ਚਾਹੀਦੀ ਇਹ ਹੁਣ ਆਪਣੇ ਵਾਲਾ ਜਿਹੜਾ ਘੋੜਾ ਇਹ ਭੱਜਣ ਵਾਲੀ ਘੋੜੀ ਦਾ ਪੁੱਤ ਹੈ ਹਾਂਜੀ ਹਾਂਜੀ ਹਾਈਟ ਤਾਂ ਕਾਫੀ ਲੱਗਦੀ ਹੈ ਹਾਈਟ 64 ਪਲੱਸ ਹੈ ਜੀ ਸਕੇਲ 64 ਪਲੱਸ ਹਾਂ ਸਕੇਲ ਵਾਲਾ ਜੀ ਉਹਦਾ 65 ਨੂੰ ਆਪਣਾ ਘੋੜੀ ਕਿਹਦੀ ਸੀਗੀ ਘੋੜੀ ਲਿਆਏ ਤੇ ਜੀ ਆਪਾਂ ਰਾਜਾ ਜੈ ਸਿੰਘ ਦੇ ਦਰਬਾਰ ਚੋਂ ਰਾਜਸਥਾਨ ਤੇ ਲਿਆਏ ਤੇ ਜੀ 17 ਮੰਥ ਦੀ 4.5 ਲੱਖ ਚ ਪਈ ਦੀ ਜੀ ਆਪਾਂ 2015 ਚ ਉਦੋਂ ਹਾਂਜੀ ਠੀਕ ਆ ਉਹ ਉਹਨਾਂ ਦੇ ਉੱਥੋਂ ਲਿਆਏ ਤੇ ਉੱਥੇ ਸਾਨੂੰ ਫੂਲ ਸਿੰਘ ਨੇ ਦਵਾਈ ਦਿੱਤੀ ਜੀ ਜੀ ਹਾਂ ਕਿਉਂਕਿ ਉੱਥੇ ਦਰਬਾਰ ਚ ਤਾਂ ਜਾ ਨਹੀਂ ਹੁੰਦਾ ਰਾਜਾ ਜੈ ਸਿੰਘ ਦੇ ਜੈ ਆਪਣਾ ਜੋਧਪੁਰ ਜੀ ਉੱਥੋਂ ਫਿਰ ਉਹਨਾਂ ਨੇ ਦਵਾਈ ਦਿੱਤੀ ਜਿਹਦੇ ਕੋਲ ਦਿਲਸ਼ਾਂਤ ਘੋੜਾ ਜੀ ਉਹਨਾਂ ਦਿਨਾਂ 'ਚ ਪੈਸੇ ਬਹੁਤ ਲਾਤੇ ਤੁਸੀਂ ਹਾਂਜੀ ਫਿਰ ਸਾਨੂੰ ਆਇਆ ਤਾਂ ਜੀ ਬੱਚੀ ਵੀ ਵਧੀਆ ਲਈਏ ਭੱਜਣ ਖਾਤਰ ਜੀ ਉਹਨਾਂ ਦਾ ਕੰਮ ਭੱਜਦੀਆਂ ਸੀ ਭੱਜਦੀਆਂ ਦੀ ਬੱਚੀ ਸੀ ਉਹ ਨਹੀਂ ਜੀ ਉਹ ਉਹਨਾਂ ਦੀ ਬਰੀਡ ਆਪਣੀ ਤਿਆਰ ਕਰੀ ਵੀ ਜੀ ਉਹ ਘੋੜੀਆਂ ਪਹਿਲਾਂ ਉਹ ਆਪਣੇ ਪੰਜਾਬ 'ਚ ਆਈਆਂ ਜੀ ਜਿੱਤੀਆਂ ਉਹ ਵੀ ਭੈਣ ਭਾਈ ਉਹਨਾਂ ਨੇ ਜਿੱਤੇ ਤੇ ਜੀ ਤੇ ਆਪਾਂ ਨੇ 17 ਮੰਥ ਦੀ ਫਿਰ ਪੈਸੇ ਲਾਏ ਤੇ ਜੀ 4.5 ਲੱਖ ਜੀ 2015 ਜੀ ਤੇ ਭੱਜਣ ਵਾਲੇ ਤੇ ਕਿੰਨੇ ਚਿਰ ਬਾਅਦ ਕਿੰਨੇ ਚਿਰ ਦੇ ਤੇ ਬੈਠਣ ਲੱਗ ਜਾਂਦੇ ਭੱਜਣ ਵਾਲੇ ਨੂੰ ਕਿੰਨੇ ਚਿਰ ਅਸੀਂ ਜੀ ਆਮ ਤਾਂ ਜੀ 2.5 ਸਾਲ ਦੇ ਬਾਅਦ ਬੈਠਣਾ ਚਾਹੀਦਾ ਜੀ ਅਸੀਂ ਜਾਨੀ ਕਿ ਜੀ ਉਹ ਸਾਨੂੰ ਕਿਲਾ ਰਾਏਪੁਰ ਕਰਕੇ ਜੀ ਅਸੀਂ 19 ਮਹੀਨਾ ਦੇ ਤੇ ਬੈਠ ਗਏ ਤੇ ਜੀ ਉਹ ਤੇ ਹਾਂ ਜੀ ਹਾਂ ਜਦੋਂ ਵੀ 63.5 ਇੰਚ ਕੱਦ ਦਿੱਤਾ ਜੀ 17 ਮਹੀਨੇ ਦੀ ਤਾਂ ਅੱਛਾ ਇੰਨਾ ਕੱਦ ਸੀ ਹਾਂ ਜੀ ਮੂੰਹ ਘੋੜੀ ਦਾ 65 ਇੰਚ ਤਾਂ ਜੀ ਅੱਛਾ ਮਗਰੋਂ 65 ਦੇ ਇੰਚ ਦੀ ਹੋ ਗਈ ਹਾਂ ਜੀ ਹਾਂ 65 ਇੰਚ ਦੀ ਹੋ ਗਈ ਤਾਂ ਫਿਰ ਤਾਂ ਘੋੜੀ ਜਿੱਡਾ ਤਾਂ ਇਹ ਘੋੜੀ ਜਿਹੜਾ ਤਾਂ ਇਹ ਘੋੜਾ ਹੀ ਹਾਂ ਜੀ ਹਾਂ ਜੀ ਹਾਂ ਜੀ ਘੋੜੀ ਜਿੱਡਾ ਹੀ ਹੋ ਜੂ ਹਾਂ ਜੀ ਤੇ ਕਾਲੇ ਕਾਂਟੇ ਤੋਂ ਕਿਵੇਂ ਭੱਜਣ ਵਾਲੀ ਫਿਰ ਮੇਟ ਕਰਾਈ 2.5 ਲੱਖ ਖੜਾ ਤਾਂ ਜੀ ਕਾਲਾ ਕਾਂਟਾ ਜੀ ਆਇਆ ਵੇ ਤਾਂ ਜੀ ਉਦੋਂ ਇੱਥੇ ਸੀ ਹਾਂ ਜੀ ਹਾਂ ਬਿੱਲੂ ਕੋਲ ਤਾਂ ਜੀ ਬਾਈ ਜੀਰਾਂ ਕੋਲ ਜੀ ਕਲਾਰਾਂ ਜੀ ਫਿਰ ਸਾਨੂੰ ਐਂ ਤਾਂ ਜੀ ਬੱਚਾ ਲਈਏ ਇਹਦਾ ਜੀ ਕਿਉਂਕਿ ਪਿੰਡਾਂ ਵਾਲੀਆਂ ਤਾਂ ਤਕਰੀਬਨ 3-4 ਸਾਲ ਘੋੜੀ ਨੇ ਹਰੀ ਹੋਣੀ ਜੀ ਜੀ ਪਹਿਲਾਂ ਹੀ ਕਰਦੀ ਰਹੀ ਤਕਰੀਬਨ ਕਿਤੇ ਹੀ ਦੂਆ ਹੋਇਆ ਹੋਣਾ ਜੀ ਜੀ ਫਿਰ ਸਾਨੂੰ ਐਂ ਤਾਂ ਜੀ ਬੱਚਾ ਵਧੀਆ ਲਈਏ ਘੋੜਾ ਵਧੀਆ ਆਇਆ ਵੇ ਤਾਂ ਜੀ ਕਾਲਾ ਕਾਂਟਾ ਫਿਰ ਉਹ ਇਹਨਾਂ 'ਤੇ ਮੀਟਿੰਗ ਕਰਾ ਕੇ ਲਿਆਏ ਤੇ ਜੀ ਕਿੰਨੀ ਫੀਸ ਹੁੰਦੀ ਸੀ ਉਦੋਂ ਕਾਲੇ ਕਾਂਟੇ ਦੀ ਉਦੋਂ ਜੀ 25,000 ਹੁੰਦੀ ਤੀ ਜੀ ਉਦੋਂ 25 ਹੁੰਦੀ ਹਾਂਜੀ ਹਾਂਜੀ ਹੁਣ ਉਹਦੀ ਮੇਰੇ ਹਿਸਾਬ ਨਾਲ ਲੱਖ ਹੋਊਗੀ ਲੱਖ ਰੁਪਇਆ ਹੋ ਗਈ ਜੀ 75,000 ਲੱਖ ਰੁਪਇਆ ਜੀ ਉਹਨਾਂ ਦੀ ਆਪਾਂ ਕਿੰਨੀ ਲਿਆ ਕਰਾਂਗੇ ਫੀਸ ਆਪਾਂ ਜੀ 25,000 ਰੁਪਇਆ ਜੀ 25,000 ਜਿੰਦਾ ਕਾਲੇ ਕਾਂਟੇ ਵਾਲੇ ਥਾਂ ਤੋਂ ਸ਼ੁਰੂ ਕਰਤਾ ਹਾਂ ਜੀ ਵੀ ਐਂ ਜੀ ਚਲੋ ਨੋਰਮਲ ਬੰਦਾ ਵੀ ਮਿਲਾ ਲਊਂਗਾ ਜੀ ਜੇ ਵੱਧ ਫੀਸ ਰੱਖਦੇ ਫਿਰ ਔਖਾ ਜੀ ਕਿਉਂਕਿ ਸਾਨੂੰ ਪਤਾ ਜੀ ਅਸੀਂ ਭਜਾਉਂਦੇ ਰਹਿੰਦੇ ਹਾਂ ਸਾਨੂੰ ਪਤਾ ਵੀ ਕਿੰਨੇ ਕੁ ਸਟਾਰਟਿੰਗ ਤੇ ਵੀ ਪੰਜ ਭਾਵੇਂ ਪਹਿਲਾ ਨੰਬਰ ਵੀ ਲਾ ਦੇ ਭਾਜਾਂ ਚੋਂ ਬਚਦਾ ਤਾਂ ਕੁਝ ਨਹੀਂ ਹੋਣਾ ਬਚਦਾ ਨਹੀਂ ਜੀ ਇਹ ਸ਼ੌਂਕ ਹੈ ਜੀ ਬਸ ਬਸ ਇਹਦਾ ਇਸ਼ਕ ਆ ਹਨਾ ਹਾਂ 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 ਸ਼ੌਂਕ ਵੀ ਜੇ ਕਹਿੰਦੇ ਬਚਦਾ ਬਚਨ ਬਚਨ ਬਚਤ ਤਾਂ ਕੋਈ ਨਹੀਂ 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 ਬਚਤ ਨਹੀਂ ਜੀ ਨਾਮ ਹੀ ਥੋੜੇ ਹੁੰਦੇ ਹਾਂ ਹਾਂ
ਬਾਕੀ ਆਪਣੇ ਭਰਾ ਜੀ ਇੱਕ ਘੋੜੀ ਆਪਣਾ ਇਹ ਤਾਰਾ ਵੀਰ ਹੱਕ ਦਾ ਜੀ ਉਹ ਆਪਣਾ ਗਿੱਲ ਭਰਾ ਹੈ ਸਮਰਾਲੇ ਤੋਂ ਜੀ ਇਹ ਬਾਈ ਭਜਾਉਂਦਾ ਹੁੰਦਾ ਹਾਂਜੀ ਹਾਂ ਇਹ ਭਜਾਉਂਦੇ ਜੀ ਆਪਣੀ ਘੋੜੀ ਨੂੰ ਇਹ ਇਹ ਬਾਈ ਸਾਰਿਆਂ ਦੀਆਂ ਘੋੜੀਆਂ ਭਜਾਉਂਦਾ ਹਾਂਜੀ ਹਾਂਜੀ ਹਾਂ ਟੂਰਨਾਮੈਂਟ ਤੇ ਪਹੁੰਚ ਜਾਣੀ ਕਿ ਆਪਣਾ ਭਾਈਆਂ ਵਾਲਾ ਭਾਈਆਂ ਨੂੰ ਤੇ ਵੱਧ ਜੀ ਅੱਧੀ ਰਾਤ ਨੂੰ ਫੋਨ ਕਰਦੀ ਜੀ ਜੇ ਘੋੜਾ ਢਿੱਲਾ ਮਿੱਸਾ ਏ ਤਾਂ ਦਵਾਈ ਫੋਨ ਤੇ ਹੀ ਦੱਸ ਦਿੰਦੇ ਜੀ ਬਾਈ ਭੱਜਣ ਵਾਲਾ ਨਾਲੇ ਐਂ ਕਹਿੰਦੇ ਵੀ ਯਾਰ ਵੀ ਘੋੜਾ ਯਾਰ ਸੱਟ ਮਾਰ ਦੂ ਯਾਰ ਵੀ ਖਤਰਨਾਕ ਖੇਡ ਆ ਨਹੀਂ ਨਹੀਂ ਹੁਣ ਬਾਈ ਜੀ ਰਹੀ ਭਜਾਉਂਦੇ ਆ ਜੀ ਪਤਾ ਜੀ ਦੋ ਤਿੰਨ ਘੋੜੀਆਂ ਭਜਦੀਆਂ ਸੀ ਜਦੋਂ ਜੀ ਦੇ ਭਜਾਉਣ ਲੱਗੇ ਬਾਈ ਹੁਣੀ ਹਾਂਜੀ ਹਾਂਜੀ ਪੁਰਾਣੇ ਜੀ ਕਿੰਨੇ ਸਾਲਾਂ ਦੇ ਭਜਾਉਣ ਲੱਗੇ ਹੋਏ ਨੇ ਅੱਜ ਉਮਰ ਪੁੱਛ ਲਓ ਇਹਨਾਂ ਕੋਲੋਂ ਕੀ ਹੋਈ ਸੀ ਹਾਂ ਬਈ ਮੇਰੇ ਹਿਸਾਬ ਨਾਲ ਅੱਜ 42 43 ਸਾਲ ਦੀ ਹੋਊਗੀ 43 ਸਾਲ ਹੋਊਗੀ 48 41 41 ਬੈਠ ਤੇ 41 ਸਾਲ ਦਾ ਹੋ ਗਿਆ ਤੇ ਖੁਸ਼ ਨਾ ਉਰੇ ਉਰੇ ਆ ਜਾ ਉਰੇ 28 ਸਾਲ ਹੋ ਗਏ 10 ਸਾਲਾਂ ਦੀ ਸੀ ਉਮਰ ਜੀ ਆ ਜਾ ਤੁਸੀਂ ਵੀ ਨਹੀਂ ਤੇ ਜਵਾਕ ਨਹੀਂ ਹੁਣ ਕਹਿੰਦੇ ਵੀ ਪਾਪਾ ਇਹ ਕੰਮ ਨਾ ਕਰ ਵੀ ਸੱਟ ਵੱਜੂ ਪੇਸ਼ਾ ਬਣ ਗਿਆ ਜੀ ਹੁਣ ਪੇਸ਼ਾ ਬਣ ਗਿਆ ਸ਼ੌਕ ਤੋਂ ਪੇਸ਼ਾ ਬਣ ਗਿਆ ਹਾਂ ਪੇਸ਼ਾ ਬਣ ਗਿਆ ਤਾਰੇ ਵੀਰ ਨਾਲ ਸਾਰੀ ਉਹਦਾ ਡੀਕ ਰਹਿੰਦੀ ਹੈ ਵੀ ਕਿੱਥੇ ਖੇਡਾਂ ਹੋਣ ਹਾਂਜੀ ਹਾਂ ਬਿਲਕੁਲ ਇੱਥੇ ਬੈਠ ਇੱਕ ਖੇਡ ਤੇ ਕਿੰਨੀਆਂ ਘੋੜੀਆਂ ਡੱਕਰ ਦਿੰਦੇ ਆ ਬਈ 10 ਤੋਂ ਮੈਕਸਿਮਮ 20 ਦੇ ਕਰੀਬ ਹੋ ਜਾਂਦੀਆਂ ਨੇ ਕਿਤੇ ਡਿੱਗੇ ਨਹੀਂ ਭੱਜੇ ਜਾਂਦੀ ਤੂੰ ਚਲੋ ਹਲ ਤੱਕ ਤਾਂ ਮਾਲਕ ਦੀ ਮਿਹਰ ਹੈ ਜਾਨੀ ਜਗੇ ਤੇ ਡਿੱਗੇ ਨੇ ਕੋਈ ਸੱਟ ਪੇਟ ਦਾ ਕੋਈ ਚਾਂਸ ਬਣਿਆ ਨਹੀਂ ਚਲੋ ਸ਼ੁਕਰ ਆ ਮਾਲਕ ਦੇ ਤੇ ਨਾਮ ਵੀ ਸਿੱਟੇ ਹਨਾ ਕਿਉਂਕਿ ਲੋਕ ਐ ਕਹਿੰਦੇ ਵੀ ਕਿਉਂਕਿ ਕੁਝ ਫੜਿਆ ਕੁਝ ਹੁੰਦਾ ਵੀ ਨਹੀਂ ਫੜਨ ਨੂੰ ਵੀ ਨਹੀਂ ਹੁੰਦਾ ਤੁਹਾਡਾ ਤਾਂ ਕੁਝ ਤੁਹਾਡੇ ਤਾਂ ਹੱਥ ਵੀ ਦੋਨੇ ਕੰਡਿਆਲੇ ਨਾਲ ਛੱਡੇ ਹੋਏ ਹੁੰਦੇ ਐ ਇਹਨਾਂ ਦੇ ਨਾਂ ਐ ਨਾਲੇ ਜੀ ਭਰਾ ਆਪਣਾ ਦਮਹੇੜੀ ਤੋਂ ਐ ਮਾਮਨ ਵੀਰਾ ਇਹ ਇਕੱਠੇ ਹੀ ਭਜਾਉਂਦੇ ਰਹੇ ਜੀ ਜੀ ਹਾਂਜੀ ਹਾਂ ਠੀਕ ਐ ਇਹ ਉਹ ਆਪਣਾ ਉਸਤਾਦ ਵੀ ਜੀ ਆਪਣੇ ਭੂਆ ਦਾ ਮੁੰਡਾ ਵੀ ਜੀ ਯਾਰ ਬੰਦੇ ਹੀ 4-5 ਜਾਂਦੇ ਆ ਮੈਂ ਤਾਂ ਦੇਖਿਆ ਵੀ ਮਗਰੋਂ ਜਿਹੜਾ ਮਗਰੋਂ ਜਦੋਂ ਘੋੜੀ ਲੈਣ ਤੋਂ ਲੰਘਦੀ ਆ ਮਗਰ ਹੀ ਅੱਧਾ ਅੱਧਾ ਕਿੱਲਾ ਤਾਂ ਮਗਰ ਆਉਂਦੇ ਆ ਜਿਹੜੇ ਨਾਲ ਗਏ ਹੁੰਦੇ ਆ ਹੈਨਾ ਹਾਂਜੀ ਹਾਂਜੀ ਉਹ ਮਗਰ ਤਾੜੀਆਂ ਮਾਰਦੇ ਜ਼ੋਰ ਬਹੁਤ ਲੱਗੇ ਹੋਏ ਹੁੰਦੇ ਜੀ ਸਹੀ ਗੱਲ ਆ ਰੇਲ ਗੱਡੀ ਦੇ ਹਾਰਨ ਵਾਲਾ ਕੰਮ ਹੁੰਦਾ ਜੀ ਪਿੱਛੋਂ ਫੇ ਹਾਰਨ ਚਲਾਉਣੇ ਪੈਂਦੇ ਹੁਣ ਆਪਾਂ ਨੇ ਬਰੀਡ ਖਾਤਰ ਕਰੀ ਇੱਕ ਪ੍ਰਭਾਤ ਦੀ ਬੱਚੀ ਜੀ ਆਪਣੇ ਕੋਲ 16-17 ਮੰਥ ਦੀ ਜੀ ਇੱਕ ਆਪਣਾ ਜੀ ਆ ਮਗਰ ਖੜੀ ਹੈ ਜੀ ਪ੍ਰਤਾਪ ਦੀ ਹੈ ਜੀ 5 ਕਲਿਆਣ ਕਮਾਇਤ ਬਿੰਜਲ ਵਾਲੇ ਦੀ ਨਾ ਜੀ ਨਾ ਆਪਣਾ ਹਰਿਆਣੇ ਚ ਹੈ ਜੀ ਅੱਛਾ ਮਾਂ ਟਰੈਕਟ ਲਿਸ਼ਾਨ ਦੀ ਜੀ ਆਪਣੇ ਕੋਲ ਖੜੀ ਹੈ ਜੀ ਇਹ ਜੀ ਹਾਂ ਇਹਦਾ 63.5 ਇੰਚ ਕਰਦੇ ਜੀ ਜੀ ਉਤੇ ਬਾਅਦ ਉੱਪਰ ਪ੍ਰਤਾਪ ਛੱਡੇ ਆਪਣੇ ਵਾਲੇ ਦੀ ਆਇਆ ਕੋਈ ਬੱਚਾ ਆਪਣੇ ਵਾਲੇ ਦੀ ਇੱਕ ਬੱਚੀ ਆਈ ਹੈ ਜੀ ਆ ਜਿਹੜੀ ਆਪਣੇ ਘਰ ਹਾਂਜੀ ਹਾਂਜੀ ਮੱਥੇ ਦੇ ਬਰੀਕ ਪਟਾਈ ਜੀ ਇਹ ਬੱਚੀ ਆਈ ਹੈ ਇਹਦੀ ਹਾਂ ਦੁਆਰਾ ਫੇਰ ਗੱਬਣੇ ਜੀ ਘੋੜੀ ਉਸ ਉਹੀ ਘੋੜੀ ਹੈ ਤੂੰ ਗੱਬਣ ਹਾਂਜੀ ਕਿੰਨੀਆਂ ਘੋੜੀਆਂ ਟੋਟਲ ਆਪਣੇ ਕੋਲ 7 ਜਾਨਵਰ ਜੀ ਇੱਕ ਜਿਹੜੀ ਅੰਦਰ ਜੇ ਸੀ ਬਲਾਕ ਰੰਟ ਜਿਹਾ ਕੱਢਦੀ ਸੀ ਉਹ ਜੀ ਹੁਣ ਯਾਰ ਮਿੱਤਰਨ ਤੇ ਲਈ ਸੀ ਜੀ ਜੀ ਅੱਜ ਕੱਲ ਝੂਠ ਬਹੁਤ ਹੈ ਜੀ ਜੀ ਜਿੰਨਾ ਕਹਦੇ ਘੋੜੀਆਂ ਚ ਉਨਾ ਝੂਠ ਹੈ ਜੀ ਜੀ ਚਾਹੇ ਯਾਰ ਮਿੱਤਰ ਜਾਨੀ ਕਿ ਵਰਤੇ ਤੇ ਪਤਾ ਲੱਗ ਜਾਂਦੇ ਜੀ ਕਿਉਂਕਿ ਮੈਂ ਐਤਵਾਰ 'ਚ ਲਈ ਹੈ ਜੀ ਇੱਕ ਕੁੜੀ ਮੈਨੂੰ ਕਹਿ ਰਿਹਾ ਤਾਂ ਵੀ ਚਲੋ ਹੈ ਤਾਂ ਸਾਡੇ ਨਾਲ ਬੌਲਦ ਵੀ ਭਜਾਉਂਦਾ ਰਿਹਾ ਜੀ ਬਾਕੀ ਘੋੜੀਆਂ 'ਚ ਵੀ ਰਿਹਾ ਜੀ ਮੈਨੂੰ ਕਹਿੰਦਾ ਵੀ ਘੋੜੀ ਸਾਊ ਹੈ ਵੀ ਕੋਈ ਚੱਕਰ ਨਹੀਂ ਵੀ ਕੁਛ ਨਹੀਂ ਕਹਿੰਦੀ ਮੈਂ ਵੀ ਮੇਰੇ ਨਿਆਣਿਆਂ ਦਾ ਕੰਮ ਹੈ ਜੀ ਆਪਣੇ ਭਾਣ ਜੀ ਹੈ ਜੀ ਇਹ ਭਾਣਜਾ ਜੀ ਇਹ ਭਤੀਜੀ ਹੈ ਜੀ ਚਾਰੇ ਪਾਸੇ ਨੂੰ ਲੱਤਾਂ ਮਾਰਦੀ ਜੀ ਕੱਖ ਕੰਡਾ ਵੀ ਨਹੀਂ ਜੀ ਪਾ ਸਕਦੇ ਤੇ ਆਪਾਂ ਇੰਨੀ ਉਹ ਜੀ ਖੋਲਣੀ ਤੇ ਇੱਕ ਪਾਸੇ ਜੀ ਹੁਣ ਫਿਰ ਜਵਾਨ ਹੈ ਜੀ ਮੈਨੂੰ ਕਹਿੰਦੇ ਵੀ ਰਹਿਣ ਦੇ ਲਿਆ ਨਾ ਮੈਂ ਜੀ ਜਵਾਨ ਹੋ ਗਈ ਵੀ ਫੇਰ ਨਹੀਂ ਵਾਧਾ ਘਾਟਾ ਦੇਖਣਾ ਵੀ ਜੇ ਜਵਾਨ ਤੇ ਮੁੱਕਰ ਗਏ ਉਹ ਬੰਦੇ ਨੂੰ ਦੇਣ ਵਾਲੇ ਨੂੰ ਸ਼ਰਮ ਚਾਹੀਦੀ ਜੀ ਬਾਈ ਜਦੋਂ ਯਕੀਨ ਕਰਕੇ ਲੈ ਲਈ ਘੋੜੀ ਕੁਝ ਦੇਖਿਆ ਨਹੀਂ ਫੋਟੋ ਪਰ ਸਿਲੈਕਟ ਕਰਤੀ ਫਿਰ ਬੰਦੇ ਨੂੰ ਸਹੀ ਕਹਿ ਕੇ ਦੱਸੋ ਕੱਲ ਨੂੰ ਕਿਸੇ ਦੇ ਸੱਟ ਪੇਟ ਨੇ ਜੀ ਮਾਰੇ ਉਹ ਚੱਕਰ ਹੈ ਜੀ ਅੱਛਾ ਗੱਬਣ ਖਾਲੀ ਉਹ ਖਾਲੀ ਹੈ ਜੀ ਖਾਲੀ ਹਾਂਜੀ ਹਾਂ ਉਹ ਦੁਬਾਰਾ ਘੋੜੇ ਦੇ ਗੱਬਣ ਕਰਾਏਗੇ ਜੀ ਹਾਂ ਇਹ ਆਪਣੇ ਹਾਂਜੀ ਹਾਂ ਉਹ ਡਾਕਟਰ ਪਹਿਲਾਂ ਦਿੱਤਾ ਉਹਨੇ ਬੱਚਾ ਬੱਚਾ ਕੋਈ ਪਹਿਲਾਂ ਨਹੀਂ ਹੁਣੀ ਆਪਣੇ ਕੋਲ ਤੇ 3-4 ਕੁ ਮਹੀਨੇ ਹੋਏ ਆਏ ਨੂੰ ਜੀ ਨਹੀਂ ਉਹ ਪਿੱਛੇ ਤਾਂ ਪਿੱਛੇ ਪੁੱਛਿਆ ਨਹੀਂ ਜੀ ਐਵੇਂ ਤੁਹਾਨੂੰ ਕਹੀਏ ਆਪਾਂ ਨੇ ਬੱਚਿਆਂ ਖਾਤਰ ਹੀ ਲਈ ਤੀ ਜੀ ਹਾਂਜੀ ਹਾਂ ਫਿਰ ਇਹ ਬੱਚਿਆਂ ਕਰਕੇ ਹੁਣ ਦੇਖਦੇ ਹੀ ਨਹੀਂ ਸੇਲ ਕਰ ਦੇਂਗੇ ਜੀ ਆਪਣੇ ਕੋਲ ਹੁਣ ਵੀ ਜਿਹੜੀ ਘੋੜੀ ਲੈਂਦੀ ਉਹ ਲੈਂਦੀ ਦੱਸੇਗੀ ਜਿਹੜੀ ਲੈਂਦੀ ਨੀ ਉਹ ਲੈਂਦੀ ਨੀ ਇਹਨਾਂ ਚੋਂ ਕਿਹੜੀ ਵੇਚਣ ਵਾਲੀ ਹੈ ਇਹਨਾਂ ਚੋਂ ਕੋਈ ਨਹੀਂ ਜੀ ਹੈ ਆਪਾਂ ਬਰੀਡ ਗਾਹਾਂ ਤੇ ਹਾਂਜੀ ਹਾਂ ਆਪਾਂ ਬਰੀਡ ਬੱਚੀਆਂ ਲਈਆਂ ਵੀ ਜੀ 2-3 ਵਧੀਆ ਬੱਚੀਆਂ ਲਈਆਂ ਵੀ ਲੈ ਭਾਈ ਇੱਕ ਘੋੜੀ ਤੁਹਾਨੂੰ ਦਿਖਾਉਣ ਲੱਗੇ ਆ ਗਰਮਾ ਘੋੜੀ ਬਾਈ ਹੁਣੀ ਦੱਸਦੇ ਆ ਕਹਿੰਦੇ ਵੀ ਪੈਂਦੀ ਆ
ਲੱਤ ਛੜ ਚਲਾਉਂਦੀ ਆ ਹਾਂਜੀ ਹਾਂਜੀ ਹਾਂ ਤੇ ਉਹ ਵੇਚਣੀ ਉਹ ਵੇਚ ਦੇਂਗੇ ਜੇ ਬੱਚਿਆਂ ਦਾ ਔਖਾ ਹੀ ਥੋੜੇ ਜਿਹੇ ਭਾਣ ਜੇ ਦੋਤੇ ਆ ਜਾਂਦੇ ਵੇਚਣ ਵਿੱਚ ਤੁਰੇ ਫਿਰ ਹਾਂ ਇੱਧਰ ਨੂੰ ਨਿਕਲੇ ਹੁੰਦੇ ਜੇ ਵੀ ਪਿੱਛੇ ਦਰਵਾਜ਼ਾ ਰੱਖੇ ਪਿਆ ਆਉਣ ਜਾਣ ਨੂੰ ਹੁਣ ਦੂਏ ਘੋੜੇ ਆਪਣੇ ਜਾਨਵਰ ਸੱਤੇ ਆ ਜੇ ਉਹ ਕੁਛ ਕਹਿ ਨਹੀਂ ਰਹੇ ਉਹ ਤਾਂ ਉਹੀ ਤੁਰੇ ਫਿਰਦੇ ਰਹਿੰਦੇ ਹਾਂਜੀ ਹਾਂਜੀ ਜਿੱਕਣਾ ਮਰਜ਼ੀ ਹੱਥ ਘੁਮਾਈ ਜਾਣ ਜੀ ਠੀਕ ਹੈ ਜੀ ਠੀਕ ਹੈ ਤੇ ਆਹ ਸਾਰੀ ਸੰਗਤ ਇਹ ਆਪਣੇ ਯਾਰ ਮਿੱਤਰ ਹੈ ਜੀ ਜੀ ਇਹ ਮੜੌਲੀ ਤੋਂ ਆ ਭਰਾ ਜੀ ਇਹ ਆਪਣਾ ਭਰਾ ਪਿੰਡ ਦਾ ਹੀ ਹੈ ਜੀ ਜੀ ਇਹ ਚਾਚੇ ਦਾ ਮੁੰਡਾ ਹੈ ਜੀ ਜੀ ਇਹ ਵੀ ਆਪਣਾ ਯਾਰ ਮਿੱਤਰ ਹੈ ਜੀ ਜੀ ਉਹ ਭਰਾ ਹੈ ਆਪਣਾ ਆ ਪਾਪਾ ਜੀ ਰਹੀ ਹੈ ਬਾਪੂ ਜੀ ਆ ਹਾਂਜੀ ਹਾਂ ਇਹ ਤਾਰਾ ਬਾਈ ਆਪਣਾ ਡੱਡੇਹੇੜੀ ਤੋਂ ਹੈ ਇਹ ਤਾਂ ਬਾਈ ਚਾਪ ਗਿਆ ਉਹ ਗਿੱਲ ਵੀਰ ਸਮਰਾਲੇ ਤੋਂ ਹੈ ਜੀ ਉਹ ਭਰਾ ਹੀ ਚਾਚਾ ਜੀ ਦਾ ਮੁੰਡਾ ਹੈ ਜੀ ਹਾਂਜੀ ਹਾਂ ਇਹ ਸਾਰੇ ਜਣੇ ਸਵੇਰ ਦੇ ਤਿਆਰੀਆਂ ਕਰੀ ਜਾਂਦੇ ਬਸ ਆਪਣੇ ਇਹੀ ਹੈ ਜੀ ਅਸਲੀ ਜਿਹੜੇ ਦਿਲ ਦੇ ਨੇੜੇ ਜੀ ਇਹ ਬੰਦੇ ਹੈ ਜੀ ਕਿਉਂਕਿ ਇਹਨਾਂ ਨੂੰ ਜਾਂ ਮਰਜ਼ੀ ਹਾਕ ਮਾਰ ਲਈ ਜੀ ਹਾਜ਼ਰ ਹੋਣਗੇ ਚਾਹੇ ਅੱਧੀ ਰਾਤ ਹੋਈ ਹੋਵੇ ਜੀ ਚਾਹੇ ਆਪਣਾ ਜਿਹੜਾ ਮਰਜ਼ੀ ਟਾਈਮ ਹੋਵੇ ਨਹੀਂ ਠੀਕ ਹੈ ਚਾਹੀਦਾ ਵੀ ਹਨਾ ਹਾਂਜੀ ਅੱਜ ਜਦੋਂ ਆਪਾਂ ਘੋੜਾ ਫਲਮਾਉਂਦੇ ਸੀ ਸਾਰਿਆਂ ਦਾ ਜ਼ੋਰ ਲੱਗਿਆ ਬਸ ਹਾਂਜੀ ਹਾਂਜੀ ਹਾਂ ਕਿਉਂਕਿ ਬਾਈ ਜੀ ਆਪਾਂ ਨੇ ਖੱਟੇ ਹੀ ਇਹੀ ਕੁਛ ਆਈ ਇਹੀ ਇਹੀ ਕਿਉਂਕਿ ਆਪਣੇ ਬੌਲਦ ਵੀ 9 ਸਾਲ ਹੋ ਗਏ ਜੀ ਭੱਦੇ ਨੂੰ ਜੀ ਫਿਰ ਘੋੜੀਆਂ 'ਚ ਵੀ ਤਕਰੀਬਨ 10 ਸਾਲ ਹੋ ਗਏ ਜੀ ਵਿੱਚ ਕਹਿੰਦੇ ਤੇ ਜਦੋਂ ਬੌਲਦ ਜਿੱਤਦਾ ਤੇ ਉੱਧਰ ਬੌਲਦ ਮੋਟਰਸਾਈਕਲ ਜਿੱਤੇ ਕਰੇ ਉੱਧਰ ਘੋੜੀ ਫਾਇਲ ਆ ਨੰਬਰ ਕਰਜੇ ਕਰੇ ਉੱਧਰ ਬੌਲਦ ਪਹਿਲਾਂ ਕਰਦੇ ਲੋਕ ਵਿੱਚ ਕਹਿਣ ਲੱਗ ਗਏ ਜੀ ਪਤਾ ਨਹੀਂ ਕਿਆ ਗੱਲ ਕਰਦੇ ਆ ਵੀ ਬੌਲਦ ਵੀ ਪਹਿਲਾਂ ਕਰਦਾ ਹੈ ਉੱਧਰ ਘੋੜੀ ਵੀ ਜਿੱਤਦੀ ਹੈ ਵੀ ਪਤਾ ਨਹੀਂ ਕਿਆ ਗੱਲ ਸਾਨੂੰ ਪਤਾ ਜੀ ਤਕਰੀਬਨ ਸਾਡਾ ਦੁੱਧ ਘੋੜਿਆਂ ਦਾ ਬੌਲਦਾਂ ਨੂੰ 15 ਕਿਲੋ ਲੱਗ ਜਾਂਦਾ ਜੀ ਜੀ ਨਾਰਮਲ 15 ਕਿਲੋ ਦਿਹਾੜੀ ਦਾ ਲੱਗਦਾ ਜੀ ਘਰੇ ਗਾਂਆਂ ਰੱਖੀਆਂ ਹੋਈਆਂ ਹਾਂਜੀ ਹਾਂਜੀ ਗਾਂਆਂ ਦਾ ਫਾਰਮ ਤਾਂ ਜੀ ਜੀ ਗਾਂਆਂ ਰੱਖੀਆਂ ਹੋਈਆਂ ਤੇ ਉਹ ਗਾਂਆਂ ਦਾ ਦੁੱਧ ਫਿਰ ਡੈਰੀ ਤਾਂ ਨਹੀਂ ਪਾਉਂਦੇ ਇਸ ਹਿਸਾਬ ਨਾਲ ਆਪਾਂ ਪਾਉਂਦੇ ਜੀ ਆ ਜਦੋਂ ਡੰਗਰ ਵੱਧਤੇ ਜੀ ਜਦੋਂ 54 ਡੰਗਰ ਦੀ 55 ਗਾਇਆ ਜੀ ਹਾਂ ਨੌਕਰ ਨਹੀਂ ਜੀ ਆਪਾਂ ਨੇ ਰੱਖਿਆ ਕਦੇ ਵੀ ਆਪ ਕੰਮ ਹੱਥੀਂ ਕਰੇ ਜੀ ਆਪ ਹੀ ਕਰੇ ਹਾਂਜੀ ਹਾਂਜੀ ਨਾਲ ਬਾਪੂ ਜੀ ਚਾਚਾ ਜੀ ਭਰਾ ਏ ਵੱਡਾ ਠੀਕ ਹੈ ਜੀ ਆਪਾਂ ਨੂੰ ਸਪੋਰਟ ਜ਼ਿਆਦਾ ਛੋਟੇ ਭਰਾ ਦੀ ਜੀ ਬਾਹਰ ਖਤਰ ਜੀ ਹਾਂਜੀ ਹਾਂ ਜੇ ਉਹਨੂੰ ਅੱਜ ਵੀ ਕਹਿ ਦਵਾਂ ਵੀ ਘੋੜੀ ਲੈਣੀ ਹੈ ਜੀ ਤਾਂ ਫੱਟ ਦੇ ਕੇ ਉਹਨੇ ਹਾਂ ਕਰ ਦਾਂ ਵੀ ਕੋਈ ਚੱਕਰ ਹੀ ਨਹੀਂ ਠੀਕ ਆ ਹਾਂਜੀ ਹਾਂ ਕਿਉਂਕਿ ਸਭ ਤੇ ਸਪੋਰਟ ਵੱਧ ਮੈਨੂੰ ਉਹਦੀ ਹੈ ਜੀ ਠੀਕ ਆ ਬਾਈ ਜਦੋਂ ਵੀ ਫੋਨ ਕਰ ਦਵਾਂ ਬੱਚੀ ਲੈਣੀ ਹੈ ਘੋੜੀ ਲੈਣੀ ਹੈ ਉਹਨੇ ਜਵਾਬ ਨਹੀਂ ਦੇਣਾ ਜੀ ਹਾਂ ਉਹਨੇ ਕਹਿਣਾ ਵੀ ਚੱਲ ਜੇ ਤੇਰੇ ਪਸੰਦ ਆ ਤਾਂ ਲੈ ਲੈ ਕੋਈ ਗੱਲ ਨਹੀਂ ਨਹੀਂ ਜਿਉਂਦਰ ਉਹ ਸੱਜਣੋ ਘੋੜਾ ਤੁਹਾਨੂੰ ਦਿਖਾਤਾ ਇੱਕ ਤੁਹਾਨੂੰ ਦਿਖਾਉਣੀ ਘੋੜੀ ਨਾ ਪੁੱਤ ਨਾ ਖਾਣਾ ਨਹੀਂ ਇਹ 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 ਆ ਪ੍ਰਭਾਤ ਦੀ ਇਹ ਪ੍ਰਤਾਪ ਦੀ ਹੈ ਜੀ ਪ੍ਰਭਾਤ ਦੀ ਪੋਤੀ ਹੈ ਜੀ ਇਹ ਖੀਰੀ ਹੈ ਜੀ ਹਾਂਜੀ ਹਾਂ ਇਹ 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 62 ਇੰਚ ਕਰਦਾ ਜੀ ਭੱਜਣ ਵਾਲੀ ਦੇ ਬਰਾਬਰ ਖੜਾ ਕੇ ਐ ਬਰਾਬਰ ਪ੍ਰੋਪਰ ਨਹੀਂ ਘੋੜੀ ਚੰਗੀ ਹਾਂਜੀ ਹਾਂ ਸ਼ੇਰ ਚੰਗੀ ਹੈ ਇਹ ਬਰੀਡਿੰਗ ਲੈ ਲਈ ਇਹ ਵੀ ਬਰੀਡਿੰਗ ਖਤਰੀ ਜੀ ਬਰੀਡਿੰਗ ਹਾਂ ਇਹ ਡਾਇਰੈਕਟ ਨਿਸ਼ਾਨ ਦਿੱਤੀ ਜੀ ਇਹਦੇ ਇੱਕ ਅੱਖ 'ਚ ਸੱਟ ਲੱਗੀ ਤੀ ਜੀ ਅੱਛਾ ਆਹ ਨਿਸ਼ਾਨ ਹਾਂ ਡਾਇਰੈਕਟ ਵੱਡੀ ਆ ਘੋੜੀ ਇਹ 63.5 ਇੰਚ ਹੈ ਜੀ ਸਕੇਅਰ ਵਾਲਾ ਕਰਦਾ ਜੀ ਹਾਂ ਇਹ ਵੀ ਵੱਡੀ ਆ ਇਹ ਤਾਂ ਘੋੜੀ ਥੋੜੀ ਹੁਣ ਸੂਆਂ ਕਰਕੇ ਆਪਾਂ ਬੱਚੇ ਲਏ ਜੀ ਜੀ ਹਾਂ ਇੱਕ ਬੱਚੀ ਮਰ ਲਈ ਜੀ ਉਹ ਵੀ ਘੋੜੀ ਦੁਬਾਰਾ ਜਦੋਂ ਗੱਭਣ ਮਰੀ ਹੈ ਜੀ ਉਹ ਆਪਣਾ ਗੈਰੀ ਬਾਈ ਕੋਲ ਤੇ ਮੈਂ ਮਿਲਾ ਕੇ ਲਿਆਦਾ ਜੀ ਜਹਾਂਗੀਰ ਤੇ ਜੀ ਜੀ ਗੱਭਣ ਤੇ ਜੀ ਘੋੜੀ ਉਹ ਘੋੜੀ ਦੇ ਜੀ ਆਪਾਂ ਨੂੰ 20-22 ਲੱਖ ਰੁਪਇਆ ਲੱਗ ਲਿਆ ਜੀ ਜੀ 2016 'ਚ ਜੀ ਜੀ ਆਪਾਂ ਨੇ ਦਿੱਤੀ ਨਹੀਂ ਜੀ ਆਪਾਂ ਨੇ ਬਰੀਡਿੰਗ ਖਾਤਰ ਰੱਖਣ ਦੀ ਸਲਾਹ ਦੀ ਜੀ ਚਲੋ ਮਾਲਕ ਕਿਰਪਾ ਕਰੇ ਹੌਲੀ ਹੌਲੀ ਐਵੇਂ ਵੱਧਦਾ ਰਹੇ ਤੁਹਾਡਾ ਕਾਰੋਬਾਰ ਲੈ ਵੀ ਸੱਜਣੋ ਘੋੜਾ ਬਾਈ ਹੋਣਾ ਕੋਲੇ ਬਾਈ ਘੋੜੇ ਦਾ ਨਾਂ ਕੀ ਆਪਣੇ ਦਾ ਬਾਹੂਬਲੀ ਹੈ ਜੀ ਬਾਹੂਬਲੀ ਨਾਂ ਬਾਈ ਦਾ ਘੋੜੇ ਦਾ ਕਾਲੇ ਕਾਂਟੇ ਦਾ ਬੱਚਾ ਉਦੋਂ ਕਾਲਾ ਕਾਂਟਾ ਇੱਥੇ ਹੁੰਦਾ ਸੀ ਇਸ ਪਿੰਡ ਦੇ ਨਾਲ ਹੀ ਪਿੰਡ ਆ ਕਿਹੜੇ ਪਿੰਡ ਹੁੰਦਾ ਸੀ ਉਦੋਂ ਕਲਾਰਾਂ ਜੀ ਕਲਾਰਾ ਹੀ ਹੁੰਦਾ ਸੀ ਬਾਈ ਬਿੱਲੂ ਕੋਲੇ ਬਿੱਲੂ ਬਿੱਲੂ ਕੋਲੇ ਹੁੰਦਾ ਸੀ ਉਦੋਂ ਤੇ ਉਦੋਂ ਬਾਈ ਹੋਣਾ ਨੇ ਘੋੜੀ ਮੇਟ ਕਰਾਈ ਸੀ ਭੱਜਣ ਵਾਲੀ 7 ਮਹੀਨੇ ਦੀ ਘੋੜੀ ਗੱਭਣ ਸੀ ਜਦੋਂ ਉਹਦੀ ਮਾਂ ਨੇ ਨਾਮ ਜਿੱਤ ਲਿਆ ਸੀ ਅੱਜ ਕੱਲ੍ਹ ਉਹਦੀ ਫੀਸ ਬਾਈ ਹੋਣਾ ਨੇ ਰੱਖਤੀ 25,000 ਰੁਪਈਆ ਅਤੇ ਇੱਕ ਬੱਚੀ ਆ ਇਹਨਾਂ ਦੇ ਘਰੇ ਉਹ ਵੀ ਬਹੁਤ ਚੰਗੀ ਆ ਕੇ ਤੁਸੀਂ ਘੋੜਾ ਵੀ ਦੇਖ ਸਕਦੇ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਘੋੜਾ ਦੇਖ ਲਿਆ ਬਾਈ ਹੋਣਾ ਦਾ ਨੰਬਰ ਤੁਹਾਨੂੰ ਮੈਂ ਦੇ ਰਿਹਾ ਜੇ ਤੁਸੀਂ ਮੀਟਿੰਗ ਕਰਾਉਣੀ ਆ ਤਾਂ ਵੀ ਸੰਪਰਕ ਕਰ ਲਿਓ ਅਤੇ ਜੇ ਇੱਕ ਘੋੜੀ ਆ ਘਰੇ ਅਤੇ ਥੋੜ੍ਹੀ ਜਿਹੀ ਅਲਤ ਫਿਲਤ ਕਰਦੀ ਹੈ ਜੇ ਉਹ ਲੈਣੀ ਆ ਤਾਂ ਉਹ ਵੀ ਲੈ ਸਕਦੇ ਬਾਈ ਹੋਣਾ ਦਾ ਨੰਬਰ ਸਕਰੀਨ 'ਤੇ ਆ ਜਿਉਂਦੇ ਵਾਸਤੇ ਰਹੋ ਬਹੁਤ ਬਹੁਤ ਧੰਨਵਾਦ ਧੰਨਵਾਦ